ਸਤਿ ਸ਼੍ਰੀ ਅਕਾਲ, ਮੈਂ ਸੋਮ ਸਹੋਤਾ ਅਤੇ ਤੁਸੀਂ ਵੇਖ ਰਹੇ ਹੋ A1 ਪੰਜਾਬੀ TV। ਦੋਸਤੋ, ਜੇ ਆਪਾਂ ਪੰਜਾਬ ਦੇ ਹਰ ਜ਼ਿਲ੍ਹੇ 'ਤੇ ਨਜ਼ਰ ਮਾਰੀਏ, ਹਰ ਸ਼ਹਿਰ 'ਤੇ ਨਜ਼ਰ ਮਾਰੀਏ ਤਾਂ ਕ੍ਰਾਈਮ ਜਿਹੜਾ ਦਿਨੋ ਦਿਨ ਵੱਧਦਾ ਜਾ ਰਿਹਾ। ਆਏ ਦਿਨ ਜਦੋਂ A1 ਪੰਜਾਬੀ ਚੈਨਲ ਦੇ ਕੋਲ ਨਿਊਜ਼ ਆਉਂਦੀਆਂ ਨੇ ਕਿ ਫਲਾਨੀ ਜਗ੍ਹਾ ਗੋਲੀ ਚੱਲ ਗਈ ਹੈ, ਇਸ ਗੋਲੀ ਦੇ ਵਿੱਚ ਇੰਨੇ ਬੰਦਿਆਂ ਦੀ ਮੌਤ ਹੋ ਚੁੱਕੀ ਹੈ, ਆਪਸੀ ਦੁਸ਼ਮਣੀ ਕਰਕੇ, ਆਪਸੀ ਰੰਜਿਸ਼ ਕਰਕੇ, ਕਿਤੇ ਜ਼ਮੀਨ ਨੂੰ ਲੈ ਕੇ ਵਿਵਾਦ, ਕਿਤੇ ਪਰਿਵਾਰਾਂ ਨੂੰ ਲੈ ਕੇ ਵਿਵਾਦ, ਕਿਸੇ ਜਗ੍ਹਾ ਦੁਕਾਨ ਦੇ ਝਗੜੇ, ਮਤਲਬ ਕਿਤੇ ਨਾ ਕਿਤੇ ਇੱਕ ਪਾਸੇ ਤਾਂ ਕਰੋਨਾ ਮਹਾਂਮਾਰੀ ਦੇ ਵਿੱਚ ਅਸੀਂ ਸਭ ਕੁਝ ਬਰਬਾਦ ਕਰ ਚੁੱਕੇ ਹਾਂ, ਔਰ ਦੂਸਰੇ ਪਾਸੇ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ, ਜਿਨ੍ਹਾਂ ਖਬਰਾਂ ਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਖਤਮ ਹੋਏ ਹੁੰਦੇ ਨੇ ਆਪਸੀ ਰੰਜਿਸ਼ ਕਰਕੇ, ਔਰ ਕਿਤੇ ਨਾ ਕਿਤੇ ਉਸ ਵੇਲਾ ਜਿਹੜੀ ਉਂਗਲੀ ਹੈ ਸਿੱਧੀ ਦੀ ਸਿੱਧੀ ਸਾਡੇ ਪੁਲਿਸ ਪ੍ਰਸ਼ਾਸਨ ਵੱਲ ਉੱਠਦੀ ਹੈ ਕਿ ਆਖਰ ਸਾਡਾ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਹੈ। ਇਹ ਨਹੀਂ ਹੈ ਕਿ ਪੁਲਿਸ ਪ੍ਰਸ਼ਾਸਨ ਮਸਲੇ ਹੱਲ ਕਰਨ ਵਿੱਚ ਨਾਕਾਮ ਹੈ। ਬਹੁਤ ਸਾਰੇ ਪੁਲਿਸ ਮੁਲਾਜ਼ਮ ਅਜਿਹੇ ਨੇ, ਪੁਲਿਸ ਆਫਿਸਰ ਅਜਿਹੇ ਨੇ ਜੋ ਤੁਰੰਤ ਕਿਸੇ ਮਸਲੇ ਦਾ ਹੱਲ ਲਿਆ ਕੇ ਟੇਬਲ ਦੇ ਉੱਪਰ ਰੱਖ ਦਿੰਦੇ ਨੇ, ਉਹਨਾਂ ਨੂੰ ਸੈਲੂਟ ਹੈ। ਪਰ ਬਹੁਤ ਸਾਰੇ ਅਜਿਹੇ ਮਸਲੇ ਨੇ ਜੋ ਅਜੇ ਵੀ ਪੈਂਡਿੰਗ ਨੇ, ਜਿਨ੍ਹਾਂ ਦਾ ਇਨਸਾਫ ਦਾ ਇੰਤਜ਼ਾਰ ਕਰਦਿਆਂ ਕਰਦਿਆਂ ਕਈ ਪਰਿਵਾਰ ਖਤਮ ਹੋ ਚੁੱਕੇ ਨੇ। ਅੱਜ ਇਸ ਵਿਸ਼ੇ 'ਤੇ ਮੇਰੇ ਨਾਲ ਸਾਡੇ ਸੀਨੀਅਰ ਪੱਤਰਕਾਰ ਸੁਖਦੇਵ ਰੰਧਾਵਾ ਜੀ ਗੁਰਦਾਸਪੁਰ ਤੋਂ ਜੁੜ ਚੁੱਕੇ ਨੇ, ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਰੰਧਾਵਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜ਼ਰੂਰ ਜੀ, ਵੇਖੋ ਕ੍ਰਾਈਮ ਦਾ ਗ੍ਰਾਫ ਦਿਨੋ ਦਿਨ ਵੱਧਦਾ ਜਾਂਦਾ, ਕਾਰਨ ਆ ਸਾਡੇ ਆਪਸੀ ਝਗੜੇ ਜਿਹੜੇ ਆ ਜਾਂ ਪ੍ਰੇਮ ਪਿਆਰ ਆ ਉਹ ਸ਼ਾਇਦ ਇੱਕ ਪੰਖ ਲਾ ਕੇ ਉੱਡ ਗਿਆ ਹੈ। ਜਦੋਂ ਹੀ ਜਿਹੜੇ ਪਰਿਵਾਰ ਆਪਸ ਦੇ ਵਿੱਚ ਟੁੱਟਣੇ ਸ਼ੁਰੂ ਹੋਏ ਸੀ, ਇਹ ਕ੍ਰਾਈਮ ਉੱਥੋਂ ਹੀ ਸ਼ੁਰੂ ਹੋਇਆ ਸੀ ਕਿ ਜਦੋਂ ਪਰਿਵਾਰ ਅਸੀਂ ਇਕੱਠੇ ਰਹਿੰਦੇ ਸੀ, ਠੀਕ ਸੀ ਉਦੋਂ ਇਹ ਕਤਲ ਵੀ ਹੁੰਦੇ ਸੀ, ਆਪਸ ਵਿੱਚ ਲੜਾਈਆਂ ਵੀ ਹੁੰਦੀਆਂ ਸੀ, ਝਗੜੇ ਵੀ ਹੁੰਦੇ ਸੀ, ਪਰ ਉਸ ਝਗੜਿਆਂ ਨੂੰ ਜਾਂ ਜਿਹੜੇ ਪਰਿਵਾਰਕ ਮੈਂਬਰਾਂ ਦੇ ਵਿੱਚ ਜਾਂ ਜਿਹੜੇ ਮੋਹਤਬਰ ਹੁੰਦੇ ਸੀ ਪਿੰਡ ਦੇ ਲੋਕ, ਉਹ ਆਪਸ ਵਿੱਚ ਬੈਠ ਕੇ ਨਿਪਟਾ ਲੈਂਦੇ ਸੀ। ਪਰ ਅੱਜ ਜਿਹੜਾ ਵਾ ਉਹ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਆ ਇਹ ਮਸਲੇ ਜਾਂਦੇ ਆ, ਤੇ ਹੱਲ ਜਿਹੜੇ ਹੁਣ ਉਹ 90% ਲੈ ਲਓ, 95% ਜਿਹੜੇ ਆ ਉਹ ਹੱਲ ਨਹੀਂ ਹੁੰਦੇ। ਅਖੀਰ ਆਪਸ ਦੇ ਵਿੱਚ ਜਿਹੜੀ ਆ ਇਹ ਜਿਹੜੀ ਮਨ ਮੁਟਾਵ ਆ ਉਹ ਕਤਲਾਂ ਤੱਕ ਜਿਹੜੀ ਆ ਉਹ ਪਹੁੰਚ ਜਾਂਦੀ ਆ ਜੀ। ਸਹੋਤਾ ਜੀ, ਲੇਕਿਨ ਰੰਧਾਵਾ ਸਾਹਿਬ, ਪੁਲਿਸ ਪ੍ਰਸ਼ਾਸਨ ਤੁਸੀਂ 95% ਦੱਸਿਆ, ਕੀ ਕਾਰਨ ਕੀ ਹੈ ਕਿ ਮਸਲੇ ਹੱਲ ਨਹੀਂ ਹੁੰਦੇ? ਜਿਹੜੇ 5% ਹੈ ਉਹ ਮਸਲੇ ਹੱਲ ਹੋ ਗਏ, ਇਹ ਕਿਉਂ ਨਹੀਂ ਹੋ ਰਿਹਾ? ਉਹਦੇ ਵਿੱਚ ਜਿਹੜੇ ਮੋਹਤਬਰ ਲੋਕ ਹੈ ਜਾਂ ਇਹ ਬੁੱਧੀਜੀਵੀ ਆ ਜਾਂ ਉਹਨਾਂ ਦੇ ਪਰਿਵਾਰਕ ਰਿਲੇਸ਼ਨਾਂ ਦੇ ਨਾਲ ਆਪਸ ਵਿੱਚ ਜੁੜੇ ਹੁੰਦੇ ਆ ਤਾਂ ਉਹ ਮਸਲੇ ਹੱਲ ਹੋ ਜਾਂਦੇ ਆ। ਜਦਕਿ ਜਦੋਂ ਅਸੀਂ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਦੇ ਮਸਲੇ ਜਾਂਦੇ ਆ ਤਾਂ ਉਹ ਉਹ ਉਲਝਦੇ ਇਹ ਅਦਾਲਤਾਂ ਤੱਕ ਚੱਲ ਜਾਂਦੇ। ਜੇ ਅਦਾਲਤਾਂ ਦੇ ਵਿੱਚ ਇਹੋ ਜਿਹੇ ਕਈ ਕੇਸ ਪੈਂਡਿੰਗ ਹੈ ਜਿਹੜੇ ਬਿਲਕੁਲ ਹੀ ਨਾ ਚੀਜ਼ ਜੇ ਨੇੜੇ ਜੇ ਹੋ ਕੇ ਜਿਹੜੇ ਮਸਲੇ ਸੁਲਝ ਸਕਦੇ ਆ ਉਹ ਅਦਾਲਤਾਂ ਦੇ ਵਿੱਚ ਜਿਹੜੇ ਆ ਉਹ ਘੁੰਮਣ ਘੇਰੀ ਖਾਂਦੇ ਰਹਿੰਦੇ ਆ, ਤੇ ਉਸ ਨਾਲ ਵੀ ਕਈਆਂ ਨੂੰ ਇਹੋ ਜਿਹਾ ਸ਼ੌਕ ਲੱਗਦਾ ਹੈ ਜਾਂ ਅੱਜ ਦੇ ਨੌਜਵਾਨਾਂ ਨੂੰ ਉਹ ਪਹਿਲੇ ਲੋਕ ਤਾਂ ਥੋੜੇ ਜਿਹੇ ਜਰਮ ਸ਼ਕਤੀ ਰੱਖਦੇ ਸੀ ਪਰ ਹੁਣ ਜਿਹੜੇ ਨੌਜਵਾਨ ਹੈ ਜਾਂ ਗਰਮ ਖੂਨ ਆ ਉਹ ਇਸ ਗੱਲ ਦੇ ਕਦੀ ਵੀ ਬਰਦਾਸ਼ਤ ਨਹੀਂ ਕਰਦੇ, ਉਹ ਮਾਰਨ ਤੇ ਸ਼ੁਰੂ ਹੋ ਜਾਂਦੇ ਆ। ਕਈ ਮਸਲੇ ਅੱਜ ਤੱਕ ਥੋੜੇ ਦਿਨਾਂ ਦੇ ਵਿੱਚ ਹੋ ਚੁੱਕਿਆ ਕਿਉਂਕਿ ਲਗਾਤਾਰ ਹੀ ਚੱਲ ਰਿਹਾ। ਇੱਕ ਭਰਾ ਨੇ ਭਰਾ ਨੂੰ ਕਤਲ ਕਰ ਦਿੱਤਾ, ਪਾਣੀ ਤੋਂ ਲੈ ਕੇ, ਇੱਕ ਵੱਟ ਤੋਂ ਲੈ ਕੇ, ਇਹ ਮਾਮੂਲੀ ਆਪਸ ਵਿੱਚ ਕਿਸੇ ਨੇ ਗਾਲੀ ਗਲੋਚ ਕਰ ਦਿੱਤਾ ਤਾਂ ਉਹ ਕਤਲ ਹੋ ਜਾਂਦਾ ਵਾ। ਤਾਂ ਇਸੇ ਕਰਕੇ ਹੀ ਜੇ ਪਰਿਵਾਰ ਟੁੱਟਣੇ ਸ਼ੁਰੂ ਹੋਏ ਸੀ, ਪਰਿਵਾਰ ਦਾ ਆਪਸ ਵਿੱਚ ਪ੍ਰੇਮ ਹੋਵੇ ਤੇ ਕੋਈ ਸਮਝਾਉਣ ਵਾਲਾ ਹੋਵੇ ਤਾਂ ਸ਼ਾਇਦ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਇਹ ਜਿਹੜੀ ਇੱਕ ਮੇਨ ਤਾਂ ਨਸ਼ਿਆਂ ਦੀ ਦਲਦਲ ਦੇ ਵਿੱਚ ਕੁਝ ਫਸੀ ਹੋਈ ਹੈ, ਉਹ ਵੀ ਜਿਹੜੀ ਆ ਉਹ ਵਾਪਸ ਆ ਸਕਦੀ ਹੈ। ਜਿਹੜੇ ਆਪਣੇ ਜਿਹੜੇ ਕਤਲ ਹੈ ਜਾਂ ਜਿਹੜੀਆਂ ਵਾਰਦਾਤਾਂ ਗੈਂਗਵਾਰ ਵੀ ਲੈ ਲਓ, ਇਹ ਵੀ ਇਸੇ ਆਧਾਰ ਤੇ ਚੱਲ ਰਹੀ ਹੈ। ਕੁਝ ਰਾਜਨੀਤਿਕ ਲੋਕ ਮੈਂ ਇਹਦੇ ਵਿੱਚ ਮੈਂ ਕਹਿ ਨਹੀਂ ਸਕਦਾ ਕਿ ਬਿਲਕੁਲ ਸ਼ਾਮਿਲ ਹੁੰਦੇ ਆ ਜਿਹੜੇ ਇਹਨਾਂ ਨੂੰ ਉਤਸ਼ਾਹ ਦਿੰਦੇ ਆ, ਤੇ ਜੇ ਸਾਡੇ ਰਾਜਨੀਤਿਕ ਲੋਕ ਹੀ ਇਹ ਮਸਲੇ ਜਿਹੜੇ ਆ ਸੁਲਝਾਉਣਾ ਚਾਹੁਣ ਤਾਂ ਸੁਲਝ ਸਕਦੇ ਆ, ਤੇ ਬਾਕੀ ਪ੍ਰਸ਼ਾਸਨ ਦੇ ਉੱਤੇ ਰਾਜਨੀਤਿਕ ਲੋਕਾਂ ਦਾ ਦਬਾਅ ਹੁੰਦਾ ਤੇ ਗੱਲ ਨਿੱਕੀ ਹੋ ਜਾਂਦੀ ਹੈ ਤੇ ਉਹਨੂੰ ਜਿਹੜਾ ਵਾ ਹੋਰ ਜਿਹੜਾ ਵਾ ਤੂਲ ਦੇ ਕੇ ਉਹ ਵੱਧ ਜਾਂਦਾ। ਇਸੇ ਕਰਕੇ ਵੀ ਸ਼ਾਇਦ ਜਿਹੜਾ ਵਾ ਉਹ ਕ੍ਰਾਈਮ ਦਾ ਗ੍ਰਾਫ ਜਿਹੜਾ ਦਿਨੋ ਦਿਨ ਵੱਧ ਰਿਹਾ। ਠੀਕ ਹੈ, ਕਈ ਜਿਹੜੇ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਦੇ ਲੋਕ ਜਿਹੜੇ ਆ ਇਹ ਆਪਸ ਵਿੱਚ ਤਾਲਮੇਲ ਕਰਕੇ ਮਸਲੇ ਸੁਲਝਾ ਦਿੰਦੇ ਆ, ਠੀਕ ਹੈ, ਉਹਨਾਂ ਦਾ ਧੰਨਵਾਦ ਆ, ਉਹਨਾਂ ਨੂੰ ਸਲੂਟ ਹੈ।
ਪਰ ਜਿਹੜੇ ਕੁਝ ਲੋਕ ਉਸ ਕੁਝ ਪੈਸੇ ਦੀਆਂ ਛਿਲੜਾਂ ਦੇ ਭੁੱਖੇ ਹੁੰਦੇ ਆ, ਉਹ ਇਸ ਮਸਲੇ ਨੂੰ ਉਲਝਾਈ ਰੱਖਦੇ ਆ, ਨਜਿੱਠ ਲਓ। ਜੇ ਮਸਲਾ ਪੁਲਿਸ ਕੋ ਚਲਾ ਗਿਆ ਤਾਂ ਉਲਝ ਜਾਵਾਂਗੇ ਆਪਾਂ ਲੋਕ, ਪੁਲਿਸ ਕੋ ਜਾਣ ਦੀ ਬਜਾਏ ਹੁਣ ਲੋਕ ਆਪ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਬਜ਼ੁਰਗ ਨੇ ਝਿੜਕ ਦੇਣਾ ਤਾਂ ਉਹਨੂੰ ਫਾਲੋ ਕਰਕੇ ਉਹਨੂੰ ਸ਼ਾਇਦ ਉਹ ਜਿਹੜੀਆਂ ਬਜ਼ੁਰਗ ਦੀਆਂ ਝਿੜਕਾਂ ਹੁੰਦੀਆਂ ਸੀ ਉਹ ਬੰਦਾ ਸੁਲਝ ਜਾਂਦਾ ਸੀ, ਨੌਜਵਾਨ ਸੁਣਦੇ ਸੀ ਤੇ ਵੱਡਿਆਂ ਦੀ ਗੱਲ ਸੁਣਦੇ ਸੀ, ਉਹਦੇ ਵਿੱਚ ਇੱਕ ਮੋਹਤਬਰ ਹੁੰਦਾ ਸੀ ਤੇ ਉਹ ਸਾਰੇ ਪਿੰਡ ਨੂੰ ਲੈ ਕੇ ਅੱਗੇ ਲਾ ਕੇ ਤੁਰਦਾ ਸੀ। ਪਰ ਅੱਜ ਸਾਰੇ ਅਸੀਂ ਜਿਹੜੇ ਆ ਉਹ ਚੌਧਰੀ ਬਣੇ ਹੋਏ ਆ ਤੇ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਉਹ ਰਾਜਨੀਤਿਕ ਦੇ ਦਬਾਅ ਦੇ ਹੇਠ ਹੁੰਦੀਆਂ ਨੇ ਤੇ ਉਹ ਜਿਹੜਾ ਆਂਦਾ ਸੀ ਵੀ ਅੱਜ ਇਹ ਮੇਰੇ ਨਾਲ ਨੀ ਗਾ, ਦੂਜਾ ਮੇਰੇ ਤੋਂ ਵੱਖ ਹੋ ਗਿਆ, ਇਹ ਉਹ ਇਸੇ ਮਸਲੇ ਨੂੰ ਪਚੀਦਾ ਬਣਾਉਂਦਾ। ਜਦੋਂ ਅਸੀਂ ਨੁਮਾਇੰਦੇ ਚੁਣੇ ਜਾਂਦੇ ਹਾਂ, ਜਦੋਂ ਲੋਕ ਚੁਣ ਕੇ ਸਾਨੂੰ ਰਾਜਨੀਤੀ ਲੋਕ ਸਾਨੂੰ ਲੀਡਰ ਬਣਾ ਦਿੰਦੇ ਆ, ਰਾਜਨੇਤਾ ਬਣਾ ਦਿੰਦੇ ਆ, ਪਾਰਲੀਮੈਂਟ ਚ ਭੇਜ ਦਿੰਦੇ, ਵਿਧਾਨ ਸਭਾ ਚ ਭੇਜ ਦਿੰਦੇ, ਸਾਨੂੰ ਸਰਪੰਚ ਪੰਚ ਜਾਂ ਹੋਰ ਵੀ ਕੋਈ ਇਹੋ ਜਿਹੀ ਚੁਣਿੰਦਾ ਜਮਾਤ ਹੈ ਸਾਨੂੰ ਉਸ ਬਣਾ ਦਿੰਦੇ ਆ ਤੇ ਸਾਨੂੰ ਇੱਕ ਉਸ ਨੁਮਾਇੰਦਗੀ ਕਰਨ ਵਾਸਤੇ ਭੇਜਦੇ ਆ ਕਿ ਇਹ ਲੋਕਾਂ ਦੇ ਮਸਲੇ ਸੁਲਝਾਉਣਗੇ, ਪਰ ਨਹੀਂ, ਉੱਥੇ ਆਣ ਕੇ ਅਸੀਂ ਮਾਰ ਖਾ ਜਾਂਦੇ ਹਾਂ। ਸਿਰਫ ਅਸੀਂ ਘੜਮ ਚੌਧਰੀ ਜਿਹੜੇ ਬਣ ਕੇ ਜਿਹੜੇ ਆ ਉਹ ਰਹਿ ਜਾਂਦੇ ਆ, ਜਦੋਂ ਇਹ ਘੜਮ ਚੌਧਰੀ ਬਣਦੇ ਆ ਤਾਂ ਇਹ ਮਸਲਾ ਸੁਲਝਾਉਣ ਦੀ ਬਜਾਏ ਉਲਝਾਉਣ ਨੂੰ ਜਿਹੜਾ ਤਰਜੀਹ ਦਿੰਦੇ ਆ, ਕਿਉਂਕਿ ਸਾਡੇ ਨਾਲ ਇਹ ਜੁੜਿਆ ਰੇ, ਇਹ ਬੰਦਾ ਇੱਕ ਸਾਈਡ ਤੇ ਆ, ਇਹ ਮੇਰੇ ਨਾਲ ਜੁੜਿਆ ਰੇ, ਉਹ ਇੱਥੇ ਆਣ ਕੇ ਜਿਹੜਾ ਉਹ ਮਸਲਾ ਜਿਹੜਾ ਉਹ ਵਿਗੜਦਾ ਨਜ਼ਰ ਆਉਂਦਾ। ਸੋ ਰੰਧਾਵਾ ਸਾਹਿਬ ਬਹੁਤ ਬਹੁਤ ਮਿਹਰਬਾਨੀ, ਬੜੇ ਵਧੀਆ ਤਰੀਕੇ ਨਾਲ ਤੁਸੀਂ ਇਸ ਵਿਸ਼ੇ 'ਤੇ ਗੱਲਬਾਤ ਕੀਤੀ, ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ, ਸਾਨੂੰ ਸਮਾਜ ਦੇ ਵਿੱਚ ਪਿਆਰ ਇਤਫਾਕ ਦੀ ਅੱਜ ਜ਼ਰੂਰਤ ਹੈ। ਇੱਕ ਪਾਸੇ ਕਰੋਨਾ ਮਹਾਂਮਾਰੀ ਨੇ ਬੇੜਾ ਗਰਕ ਕੀਤਾ ਹੋਇਆ ਹੈ, ਔਰ ਦੂਸਰੇ ਪਾਸੇ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਕਿ ਆਪਸੀ ਰੰਜਿਸ਼ ਦੇ ਕਰਕੇ ਮੌਤ ਹੋ ਚੁੱਕੀ ਹੈ, ਗੋਲੀ ਚੱਲ ਗਈ ਹੈ, ਇੱਕ ਜ਼ਮੀਨ ਦੀ ਵੰਡ ਨੂੰ ਲੈ ਕੇ ਗੋਲੀ ਚੱਲ ਗਈ ਹੈ, ਭਰਾ ਨੇ ਭੈਣ 'ਤੇ ਗੋਲੀ ਔਰ ਭੈਣ ਨੇ ਭਰਾ 'ਤੇ ਗੋਲੀ, ਮਤਲਬ ਉਸ ਵੇਲਾ ਮਨ ਬੜਾ ਪਰੇਸ਼ਾਨ ਹੁੰਦਾ ਹੈ। ਇਸ ਚੀਜ਼ ਨੂੰ ਰੋਕਣਾ ਚਾਹੀਦਾ, ਸਾਡੇ ਸਮਾਜ ਨੂੰ ਬੜਾ ਸਾਫ਼ ਸੁਥਰਾ ਬਣਾਉਣ ਦੀ ਜ਼ਰੂਰਤ ਹੈ। ਇਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਫ੍ਰੀ ਲੀਫ ਆਯੁਰਵੈਦਿਕ ਆਇਲ, 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੋਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਅਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।